ਖਰਿਆਵਾਂ ਕਿ ਕਿਧਰੇ ਤੂੰ ਆਪਣੀ ਬਲਦੀਅਤ ਤੇ ਨਹੀਂ ਬਦਲਣੀ। ਵਾਸ ਨਾ ਕਰ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਤੁਹਾਡੀ ਖਿਦਮਤ ਵਿੱਚ ਹਸਬੇ ਮਾਮੂਲ ਸੁੱਤਾਂ ਰਹੀ ਦੀ ਹੈ, ਜਿਹੜੀ ਪਹਿਲੀ ਫਿਲਮ ਮੈਂ ਤੁਹਾਡੀ ਖਿਦਮਤ ਵਿੱਚ ਲੈ ਕੇ ਹਾਜ਼ਰ ਹੋ ਰਿਹਾ, ਸੁਲਤਾਨ ਰਹੀ ਦੀ ਨਿਹਾਇਤ ਹੀ ਲਾਜਵਾਬ ਫਿਲਮ ਹੁੰਡਾ ਐਕਟ। ਹੁੰਡਾ ਐਕਟ 25 ਦਸੰਬਰ 1979 ਰੋਜ਼ ਹਫ਼ਤਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਇੱਕ ਬਲੈਕ ਐਂਡ ਵਾਈਟ ਫਿਲਮ ਹੈ। ਇਸ ਨੂੰ ਪੰਜਾਬੀ ਜ਼ਬਾਨ ਵਿੱਚ ਬਣਾਇਆ ਗਿਆ ਅਤੇ ਬਿਜ਼ਨਸ ਦੇ ਇਤਬਾਰ ਨਾਲ ਇੱਕ ਇਹ ਐਵਰੇਜ ਫਿਲਮ ਹੈ ਅਤੇ ਇਸਦਾ ਮੌਜੂ ਵੀ ਲੜਾਈ, ਮਾਰ ਕੁਟਾਈ ਅਤੇ ਐਕਸ਼ਨ ਹੈ, ਜਿਸ ਤਰ੍ਹਾਂ ਆਮ ਤੌਰ 'ਤੇ ਸੁਲਤਾਨ ਰਾਜ ਦੀਆਂ ਫਿਲਮਾਂ ਆਉਂਦੀਆਂ ਹਨ। ਲੇਕਿਨ ਸੁਲਤਾਨ ਰਾਜ ਦੀ ਤਕਰੀਬਨ ਜਿਹੜੀਆਂ ਨਾਕਾਮ ਫਿਲਮਾਂ ਵੀ ਹਨ ਉਹ ਐਵਰੇਜ ਰਹੀਆਂ, ਯਾਨੀ ਕਿ ਉਹਨਾਂ ਨੇ ਆਪਣਾ ਬਿਜ਼ਨਸ ਕੀਤਾ ਔਰ ਆਪਣੀ ਲਾਗਤ ਜ਼ਰੂਰ ਪੂਰੀ ਕੀਤੀ ਹੈ। ਇਸ ਵਾਸਤੇ ਹਰ ਇੱਕ ਹਦਾਇਤਕਾਰ ਦੀ ਕੋਸ਼ਿਸ਼ ਇਹੀ ਹੁੰਦੀ ਸੀ ਕਿ ਉਹ ਸੁਲਤਾਨ ਰਾਜ ਨੂੰ ਫਿਲਮ ਦੇ ਵਿੱਚ ਕਾਸਟ ਕਰਕੇ ਆਪਣੀ ਫਿਲਮ ਬਣਾਏ। ਅਦਾਕਾਰ ਸੁਲਤਾਨ ਰਾਜ, ਆਸੀਆ ਚਕੋਰੀ, ਆਸਫ ਖਾਨ, ਨਾਜ਼ਲੀ, ਬਹਾਰ ਬੇਗਮ, ਹਦਾਇਤ ਮਸੂਦ ਭੱਟ, ਫਿਲਮਸਾਜ਼ ਮੁਹੰਮਦ ਫਰਿਆਦ ਅਤੇ ਮਿਊਜ਼ਿਕ ਤਾਫੂ, ਸ਼ਾਇਰ ਹਜ਼ੀ ਕਾਦਰੀ, ਖਵਾਜਾ ਪਰਵੇਜ਼, ਬਸ਼ੀਰ ਖੋਖਰ, ਗੁਲੂਕਾਰਾ ਨੂਰਜਹਾਨ ਅਤੇ ਨਾਈਦ ਅਖਤਰ। ਨਾਜ਼ਰੀਨ, ਇਸ ਫਿਲਮ ਦਾ ਜਿਹੜਾ ਪੋਸਟਰ ਹੈ ਉਸਦਾ ਇਹ ਕਮਾਲ ਹੈ ਕਿ ਇਸ ਪੋਸਟਰ ਨੂੰ ਬਣਾਉਣ ਵਾਸਤੇ ਸੁਲਤਾਨ ਰਾਜ ਦਾ ਇੱਕ ਸਪੈਸ਼ਲ ਪੋਜ਼ ਤਿਆਰ ਕੀਤਾ ਗਿਆ ਔਰ ਹਦਾਇਤਕਾਰ ਮਸੂਦ ਭੱਟ ਨੇ ਖਸੂਸੀ ਤੌਰ 'ਤੇ ਇੱਕ ਫੋਟੋਗ੍ਰਾਫਰ ਨੂੰ ਬੁਲਾ ਕੇ ਸੁਲਤਾਨ ਰਾਜ ਦਾ ਇਹ ਪੋਜ਼ ਬਣਵਾਇਆ ਔਰ ਇਸ ਦੀ ਵਜ੍ਹਾ ਤੋਂ ਇਸਦਾ ਜਿਹੜਾ ਪੋਸਟਰ ਹੈ ਔਰ ਨਿਹਾਇਤੀ ਜਾਨਦਾਰ ਔਰ ਨਿਹਾਇਤੀ ਸ਼ਾਨਦਾਰ ਹੈ। ਹੁੰਡਾ ਐਕਟ ਬਿਹਤਰੀਨ ਫਿਲਮ ਹੈ। ਇਹ ਤੁਹਾਨੂੰ ਫਿਲਮ ਯੂਟਿਊਬ 'ਤੇ ਨਹੀਂ ਮਿਲੇਗੀ, ਤੁਹਾਨੂੰ ਸਰਚ ਕਰਕੇ ਢੂੰਢਣੀ ਪਏਗੀ ਔਰ ਬੜੀ ਜਾਨਦਾਰ ਫਿਲਮ ਹੈ। ਸੁਲਤਾਨ ਰਾਜ ਦੀ ਬੜੀ ਬਲੈਕ ਐਂਡ ਵਾਈਟ ਦੌਰ ਦੀ ਜਿਹੜੇ ਫਿਲਮਾਂ ਨੂੰ ਉਹਨਾਂ 'ਚ ਬਿਹਤਰੀਨ ਇਜ਼ਾਫਾ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਤੁਹਾਡਾ ਬਹੁਤ ਸ਼ੁਕਰੀਆ।